ਅੱਜ ਦੀ ਖਾਸ ਗੱਲ ਮਾਵਾਂ ਵਾਸਤੇ, ਜਿਹੜੀਆਂ ਮਾਵਾਂ ਨੂੰ ਸਾਰੇ ਟੱਬਰ ਨੂੰ ਰੋਟੀ ਖਵਾਉਣ ਤੋਂ ਬਾਅਦ ਆਟਾ ਖਤਮ ਹੋ ਜਾਂਦਾ, ਰੋਟੀ ਬਣਾਉਣ ਨੂੰ ਤਾਂ ਆਟਾ ਗੁੰਨਣ ਨੂੰ ਦਿਲ ਹੀ ਨਹੀਂ ਕਰਦਾ, ਥਕਾਨ ਹੋ ਜਾਂਦੀ ਹੈ। ਫਿਰ ਸੋਚਦੇ ਹਾਂ ਚਲੋ ਇਹਨਾਂ ਨੂੰ ਦੇਖ ਦੇਖ ਕੇ ਮਨ ਭਰ ਲੈਂਦੇ ਹਾਂ, ਇਹਨਾਂ ਨੇ ਖਾ ਲਈ ਰੋਟੀ ਸਮਝੋ ਸਾਡਾ ਢਿੱਡ ਭਰ ਗਿਆ, ਬੱਚਿਆਂ ਨੇ ਖਾ ਲਈ ਸਮਝੋ ਮਾਂ ਨੇ ਖਾ ਲਈ, ਅਤੇ ਜਦ ਲੱਗਦੀ ਹੈ ਸਾਨੂੰ ਭੁੱਖ ਫਿਰ ਅਸੀਂ ਨਿਆਣਿਆਂ ਨੂੰ ਨਹੀਂ ਦੇਖਦੇ, ਫਿਰ ਅਸੀਂ ਆਪਣੇ ਮਨਪਸੰਦ ਦੀ ਚੀਜ਼ ਬਣਾ ਲਈ ਦੀ ਹੈ ਫਟਾਫਟ, ਪਰ ਹੁਣ ਥਕਾਨ ਹੋਈ ਪਈ ਹੈ, ਹੁਣ ਨਹੀਂ ਬਣਨਾ ਕੁਛ। ਪਹਿਲੇ ਸਕੂਲੋਂ ਬੱਚਿਆਂ ਨੂੰ ਲੈ ਕੇ ਆਓ, ਫਿਰ ਆਉਂਦੇ ਹੀ ਉਹਨਾਂ ਨੂੰ ਖਾਣਾ ਪਾਣੀ ਦਿਓ, ਉਹਨਾਂ ਦੀ ਡਰੈੱਸਾਂ ਸਾਂਭੋ, ਉਹਨਾਂ ਦੇ ਕੱਪੜੇ ਸਾਂਭੋ, ਇੰਨਾ ਖਲਾਰਾ ਪਾ ਦਿੰਦੇ ਨੇ ਘਰ 'ਚ, ਸਵੇਰ ਤੋਂ ਲੱਗੇ ਉਹਨੇ ਸਫਾਈ ਕਰਨ, ਸਕੂਲੋਂ ਆ ਕੇ ਪੂਰਾ ਗੰਦ ਪਾ ਦਿੱਤਾ, ਇੱਕ ਆਹ ਭੁਚਾਲ ਜਿਹਾ ਸਾਰਾ ਦਿਨ ਸਮਾਨ ਇੱਧਰ ਉੱਧਰ ਇੱਧਰ, ਔਰ ਮੇਰੇ ਬਾਲ ਪੜ ਪੜ ਕੇ ਅੱਧੇ ਹੀ ਛੱਡੇ ਨੇ ਇਹਨੇ, ਪੂਰੇ ਬਾਲ ਖਤਮ ਕਰਤੇ, ਮੈਨੂੰ ਟੱਕਲੀ ਬਣਾ ਤਾ ਇਹਨੇ, ਆਹ ਦੇਖੋ ਮਾੜੇ ਜਿਹੇ ਬਾਲ ਬਚੇ ਮੇਰੇ, ਸਾਰੇ ਬਾਲ ਖਾ ਗਈ ਮੇਰੇ। ਫਿਰ ਵੀ ਅਸੀਂ ਮਾਵਾਂ ਖੁਸ਼ ਹਾਂ ਕਿ ਸਾਡੇ ਬੱਚੇ ਰੋਟੀ ਖਾ ਰਹੇ ਨੇ, ਚਾਹੇ ਅਸੀਂ ਭੁੱਖੀ ਬੈਠੇ ਹਾਂ, ਉਹ ਵੇਖੋ ਮੇਰੀ ਕੁੜੀ ਦੰਦ ਕੱਢਣ ਲੱਗੀ, ਉਹ ਖੁਸ਼ ਹੋ ਰਹੀ ਹੈ ਕਿ ਮੇਰੀ ਮਾਂ ਦੁਖੀ ਹੈ। ਅੱਛਾ ਤੂੰ ਦੇਖਣਾ, ਫੜ ਕੇ ਇੱਧਰ ਕਰ ਲਿਆ ਕੈਮਰਾ, ਪਾਣੀ ਵੀ ਨਹੀਂ ਪੀਂਦੇ ਉੱਠ ਕੇ, ਉਹ ਵੀ ਦੇਣਾ ਪੈਂਦਾ ਇਹਨਾਂ ਨੂੰ ਵਾਰ ਵਾਰ, ਅਗਰ ਰੋਟੀ ਖਾਂਦੇ 10 ਵਾਰ ਪਾਣੀ ਪੀਣਾ ਤਾਂ 10 ਵਾਰ ਇਹਨਾਂ ਨੂੰ ਪਾਣੀ ਦਿਓ, ਬੰਦਾ 1 ਗਲਾਸ ਪੀ ਲੈਂਦਾ। ਹੁਣ ਇੱਧਰ ਇਹਨੇ ਮੈਨੂੰ ਫੜਿਆ, ਮੈਨੂੰ ਫੜਿਆ, ਇਹਨੇ ਮੇਰੇ ਬਾਲ ਫੜਿਆ, ਤੂੰ ਤੋੜ ਕੇ ਪਾਣੀ ਤੇ ਲੈ ਲਾ, ਉਹ ਜੱਗ 'ਚ ਪਿਆ, ਚੱਲ ਸੇਵਾ ਕਰੀਏ। ਹਾਏ ਵੀ ਕਿਸਮਤ ਦੀ ਗੱਲ ਹੈ ਬਈ, ਹੈ ਨਾ, ਹਰ ਕਿਸੇ ਦੀ ਕਿਸਮਤ ਥੋੜ੍ਹੀ ਐਵੇਂ ਜਾਂਦੀ ਹੈ। ਬੱਚਿਆਂ ਦੀ ਸੇਵਾ ਕਰਨਾ ਆਹ ਮਾਰੀ ਬਾਲ ਤਾਂ ਛੱਡ ਦੇ, ਹਾਏ ਬਸ ਹੋ ਗਈ ਮੇਰੀ ਤਾਂ, ਕਦੋਂ ਛੁੱਟੀਆਂ ਪੈਣਗੀਆਂ ਇਹਨਾਂ ਨੂੰ ਸਕੂਲ ਦੀਆਂ, ਹਾਏ ਸ਼ੁਕਰ ਕਰਾਂਗੇ।